ਬੰਗਾ ਨਵਾਂਸ਼ਹਿਰ ਮੇਨ ਰੋਡ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ CIS ਸਟਾਫ ਨਵਾਂਸ਼ਹਿਰ ਦੇ ਨੇੜੇ ਢਾਹਾਂ ਦੇ ਸੱਤਪਾਲ ਨੂੰ ਦਾਤਰ ਮਾਰ ਮਾਰ ਕੇ ਲੁੱਟਿਆ ਅਤੇ ਕੁੱਟਿਆ। ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਢਾਹਾਂ ਦੇ ਸੱਤਪਾਲ ਪੁੱਤਰ ਪ੍ਰੀਤਮ ਦਾਸ ਨੇ ਦੱਸਿਆ ਕਿ ਮਾਰਾਹੋਂ ਵਿਖੇ ਸਲੂਜਾ ਫੈਕਟਰੀ ਵਿੱਚੋਂ ਰਾਤ ਦੀ ਡਿਊਟੀ ਖਤਮ ਕਰਕੇ 12 ਵਜੇ ਦੇ ਲਗਭਗ ਚੱਲਿਆ ਤਾਂ ਨਵਾਂਸ਼ਹਿਰ ਰੇਲਵੇ ਫਾਟਕ ਕੋਲੋਂ ਮੇਰੇ ਮਗਰ ਤਿੰਨ ਮੋਟਰਸਾਈਕਲ ਸਵਾਰ ਆਏ ਅਤੇ ਜਦੋਂ ਮੈਂ CIS ਸਟਾਫ ਤੋਂ ਥੋੜ੍ਹੀ ਦੂਰ ਅੱਗੇ ਗਿਆ ਤਾਂ ਉਹਨਾਂ ਮੇਰੇ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ। ਮੇਰੇ ਮੋਟਰਸਾਈਕਲ ਦੀਆਂ ਚਾਬੀਆਂ ਵੀ ਕੱਢ ਲਈਆਂ। ਹੈਲਮਟ ਪਾਇਆ ਹੋਣ ਕਰਕੇ ਅਤੇ ਕੱਪੜੇ ਮੋਟੇ ਪਾਏ ਹੋਣ ਕਰਕੇ ਮੇਰੇ ਸਰੀਰ 'ਤੇ ਜ਼ਖਮ ਨਹੀਂ ਹੋਏ, ਲੇਕਿਨ ਜਦੋਂ ਮੇਰੇ ਹੱਥ ਦੇ ਦਾਤਰ ਮਾਰਿਆ ਤਾਂ ਮੇਰੀ ਉਂਗਲੀ 'ਤੇ ਕਾਫ਼ੀ ਗਹਿਰਾ ਜ਼ਖਮ ਹੋ ਗਿਆ ਅਤੇ ਮੇਰੇ ਤੋਂ ਮੇਰਾ ਪਰਸ ਜਿਸ ਵਿੱਚ ਕਰੀਬ 5000 ਰੁਪਏ, ATM ਕਾਰਡ, ਲਾਇਸੈਂਸ, ਆਧਾਰ ਕਾਰਡ, ਹੋਰ ਜ਼ਰੂਰੀ ਕਾਗਜ਼ਾਤ ਸਨ ਉਹ ਲੈ ਗਏ। ਮੈਨੂੰ ਇਨਸਾਫ ਦਵਾਇਆ ਜਾਵੇ ਅਤੇ ਉਹਨਾਂ ਨੂੰ ਫੜ ਕੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀ ਘਟਨਾ ਵਾਪਰੀ ਤੁਹਾਡੇ ਨਾਲ? ਮੈਂ ਫੈਕਟਰੀ 'ਚੋਂ ਕੰਮ ਕਰਕੇ ਆ ਰਿਹਾ, ਸਲੂਜਾ ਫੈਕਟਰੀ 'ਚੋਂ, ਸਲੂਜਾ ਮੈਨੂਫੈਕਚਰਿੰਗ ਕਾਰਪੋਰੇਸ਼ਨ ਲਿਮਿਟਡ। ਅਤੇ ਜਿਸ ਵੇਲੇ ਮੈਂ ਨਵਾਂਸ਼ਹਿਰ ਪਾਰ ਕੀਤਾ ਅਤੇ ਰੇਲਵੇ ਲਾਈਨ ਦੇ ਮਗਰ ਪਾਰ ਕੀਤਾ ਅਤੇ ਮਗਰ ਦੋ ਇੱਕ ਮੋਟਰਸਾਈਕਲ ਆਇਆ, ਤਿੰਨ ਬੰਦੇ ਸਵਾਰ ਸੀ ਅਤੇ CIS ਸਟਾਫ ਲੰਘ ਕੇ ਗਾਹਾਂ ਆ ਕੇ ਉਹਨੇ ਮੈਨੂੰ ਮੋਟਰਸਾਈਕਲ 'ਤੇ ਲਾ ਕੇ ਸਾਈਡ 'ਤੇ ਮੈਨੂੰ ਪਾਸੇ ਕਰ ਲਿਆ। ਮੋਟਰਸਾਈਕਲ ਦੇ ਫਿਰ ਚੱਲਦੇ 'ਚ ਮੇਰੇ ਮੋਟਰਸਾਈਕਲ ਚਾਬੀਆਂ ਕੱਢ ਲਈਆਂ ਅਤੇ ਮੇਰੇ ਸਿਰ 'ਚ ਦਾਤ ਮਾਰਨ ਲੱਗ ਗਏ ਅਤੇ ਮੇਰੇ ਕੋਲ ਹੈਲਮਟ ਸਿਰ 'ਤੇ ਸੰਘਰਸ਼ ਕਰਕੇ ਮੇਰਾ ਥੋੜ੍ਹਾ ਜਿਹਾ ਬਚਾਅ ਹੋ ਗਿਆ। ਫਿਰ ਵੀ ਮੋਟਰਸਾਈਕਲ ਸਾਈਡ 'ਤੇ ਖੜ੍ਹਾ ਕਰਕੇ ਫਿਰ ਵੀ ਦਾਤ ਮਾਰਦੇ ਰਹੇ, ਹਟੇ ਨਹੀਂ। ਮੇਰੇ ਆਲੇ ਦੁਆਲੇ ਵੀ ਉਹਨਾਂ ਦੀ ਦਾਤ ਮਾਰੇ, ਕੱਪੜੇ ਜ਼ਿਆਦਾ ਪਾਏ ਹੋਣ ਕਰਕੇ ਮੈਨੂੰ ਕੁਛ ਮਹਿਸੂਸ ਨਹੀਂ ਹੋਇਆ, ਲੇਕਿਨ ਮੇਰੇ ਹੱਥ 'ਤੇ ਮਾਰਿਆ ਅਤੇ ਮੇਰੀ ਉਂਗਲੀ ਉੱਪਰੋਂ ਇੰਨੀ ਵੱਢ ਹੋ ਗਈ ਆ, ਜਿਹੜਾ ਸਾਰੀ ਰਾਤ ਖੂਨ ਬੰਦ ਨਹੀਂ ਹੋਇਆ। ਮੇਰਾ ਪਰਸ ਵੀ ਉਹਨੇ ਖੋਹ ਲਿਆ, ਮੋਬਾਇਲ ਵੀ ਖੋਹ ਲਿਆ ਅਤੇ ਉਹਦੇ ਵਿੱਚ 5-6 ਹਜ਼ਾਰ ਰੁਪਈਆ ਸੀਗਾ ਅਤੇ ਮੇਰੇ 2 ATM ਸੀ, ਕਾਰਪੋਰੇਸ਼ਨ ਬੈਂਕ ਦਾ ਸੀ, ਇੱਕ ਆਪਣਾ SBI ਬੈਂਕ ਦਾ ATM ਸੀਗਾ, ਮੇਰਾ ਇੱਕ ਆਧਾਰ ਕਾਰਡ ਸੀਗਾ ਅਤੇ ਉਹਦੇ ਵਿੱਚ ਮੇਰੇ ਇੱਕ ਮੇਰਾ ਲਾਇਸੈਂਸ ਹੈ ਅਤੇ ਇੱਕ ਮੇਰਾ ਆਪਣਾ ਪੰਚ ਕਾਰਡ ਹੈ ਅਤੇ ਇੱਕ ਮੇਰਾ ਮੋਟਰਸਾਈਕਲ ਦਾ ਕਾਰਡ ਹੈ, ਗੇਟ ਪਾਸ। ਘਟਨਾ ਕਿੱਥੇ ਕੁ ਵਾਪਰੀ ਆ? ਘਟਨਾ ਨਵਾਂਸ਼ਹਿਰ CIS ਸਟਾਫ ਲੰਘ ਕੇ। ਕਿੰਨਾ ਕੁ ਅੱਗੇ ਆ ਗਏ? ਉੱਥੋਂ ਤਕਰੀਬਨ 100 ਗਜ਼ ਦੀ ਦੂਰੀ 'ਤੇ। ਤੁਸੀਂ ਪੰਪ ਤੋਂ ਪਿੱਛੇ? ਤੁਹਾਡਾ ਪੂਰਾ ਨਾਂ ਕੀ ਹੈ? ਮੇਰਾ ਪੂਰਾ ਨਾਂ ਹੈ ਸਤਪਾਲ, ਪਿਤਾ ਦਾ ਨਾਂ ਪ੍ਰੀਤਮ ਦਾਸ, ਪਿੰਡ ਮੇਰਾ ਢਾਹਾਂ। ਕਿੰਨੇ ਵਜੇ ਛੁੱਟੀ ਹੋਈ ਤੁਹਾਨੂੰ ਉੱਥੋਂ? ਸਾਨੂੰ ਛੁੱਟੀ ਉੱਥੋਂ 12 ਵਜੇ ਹੋਈ। ਫੈਕਟਰੀ ਸ਼ਟਡਾਊਨ ਚੱਲਦੀ ਸੀ, ਸ਼ਟਡਾਊਨ ਖਤਮ ਕਰਕੇ ਆਪਣਾ ਜੋਬ ਖਤਮ ਕਰਕੇ ਛੁੱਟੀ ਕਰਕੇ ਅਸੀਂ ਘਰ ਨੂੰ ਆ ਰਹੇ ਸੀ। ਰਾਤ 12 ਵਜੇ ਤੁਹਾਨੂੰ ਛੁੱਟੀ ਹੋਈ ਆ? ਹਾਂਜੀ। ਅਤੇ ਦਾਤ ਕਿੰਨੇ ਜਣਿਆਂ ਨੇ ਮਾਰੇ ਤੁਹਾਡੇ? ਦਾਤ ਇੱਕ ਬੰਦਾ ਮਾਰਦਾ ਰਿਹਾ, ਇੱਕ ਬੰਦਾ ਮੇਰੇ ਅੱਗੇ ਹੋ ਗਿਆ, ਇੱਕ ਬੰਦਾ ਪਿੱਛੇ ਹੋ ਗਿਆ ਅਤੇ ਮੇਰੀ ਜੇਬਾਂ ਫਰੋਲਣ ਲੱਗ ਪਏ। ਮੈਂ ਕਿਹਾ ਮੇਰੇ ਤੋਂ ਮਾਰੋ ਮੂਰੋ ਨਾ, ਜੋ ਕੁਛ ਮੇਰੇ ਕੋਲ ਹੈਗਾ ਤੁਸੀਂ ਲੈ ਲਓ, ਉੱਥੇ ਮੇਰੀਆਂ ਐਨਕਾਂ ਵੀ ਉਹ ਲਾ ਕੇ ਲੈ ਗਏ। ਤਾਂ ਹੈਲਮਟ ਕਰਕੇ ਤੁਹਾਡਾ ਬਚਾਅ ਹੋਇਆ? ਹਾਂਜੀ ਹਾਂਜੀ, ਜੇਬ 'ਚ ਮੈਂ ਐਨਕਾਂ ਸੀਆਂ ਮੇਰੀਆਂ। ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ? ਹਜੇ ਕਿਸੇ ਨੂੰ ਕੋਈ ਦਿੱਤੀ ਨਹੀਂ ਜੀ।